इस टाइम खड़े पैर उन्होंने आरसी बनाने के लिए बोला है 40,000 45,000 25,000 से शुरुआत है। अगले कहते इस तो घट बननी नहीं सर, गरीब बंदा 500 600 700 वध तो वध कमांदा आ, एदे विच बच्चों की रोटी खवाऊगा, फीस भरूगा कि आरसी बनवाऊगा। ਖਜ਼ਾਨਾ ਪੂਰੇ ਲੁਧਿਆਣਾ 'ਚ ਹਜ਼ਾਰੋਂ ਪਰਿਵਾਰ ਇੱਦਾਂ ਦੇ, ਹਜ਼ਾਰੋਂ ਇੱਦਾਂ ਦੇ ਰਿਕਸ਼ਾ ਚਾਲਕ ਉਹਨਾਂ ਨੂੰ ਲੁੱਟ ਰਿਹਾ, ਕਰੋੜੋਂ ਰੁਪਏ ਇਹਨਾਂ ਨੇ ਲੁੱਟ ਲਿਆ ਇਸ ਤਰ੍ਹਾਂ ਕਰਕੇ। ਇਹਨਾਂ ਨਾਲ ਮੀਟਿੰਗ ਨਾ ਕਰਨ, ਚੋਰਾਂ ਨਾਲ ਮੀਟਿੰਗ ਨਾ ਕਰਨ, ਲੁਟੇਰੇ ਨਾਲ ਮੀਟਿੰਗ ਨਾ ਕਰਨ, ਕਿਉਂ ਫਾਈਨੈਂਸਰ ਸਾਡਾ ਕਦੇ ਮਿਹਤ ਨਹੀਂ ਬਣ ਸਕਦਾ, ਉਹ ਫਾਈਨੈਂਸਰ ਕਰਕੇ ਤਾਂ ਅੱਜ ਗੁੰਮਰਾਹ ਹੋ ਗਿਆ ਜੀ। ਦੇਖੋ ਪ੍ਰਸ਼ਾਸਨ ਤਾਂ ਕਹਿੰਦਾ ਤੁਸੀਂ ਕਾਗਜ਼ ਪੂਰੇ ਕਰ ਲਓ, ਉਹਨਾਂ ਨੇ ਟਾਈਮ ਦੇ ਦਿੱਤਾ, 2 ਮਹੀਨੇ ਦਾ ਟਾਈਮ ਵੀ ਦੇ ਦਿੱਤਾ, ਪਰ 2 ਮਹੀਨੇ 'ਚ ਵਿਚਾਰੇ 25-25-30,000 ਰੁਪਇਆ ਕਿੱਥੋਂ ਲਿਆਉਣਗੇ। ਇਹ ਹੁਣ ਕਹਿੰਦੇ ਜੀ ਕੈਂਪ ਲਵਾਵਾਂਗੇ, 15 ਦਿਨ ਹੋ ਗਏ ਆ, ਨਾ ਕੋਈ ਕੈਂਪ ਆ ਨਾ ਕੋਈ ਗੱਲਬਾਤ। ਇਹਨਾਂ ਨੂੰ ਕਾਰਪੋਰੇਸ਼ਨ ਤੋਂ ਕੋਈ ਨੰਬਰ ਜਾਰੀ ਕੀਤਾ ਜਾਵੇ, ਕੋਈ ਪਲੇਟ ਜਾਰੀ ਕੀਤੀ ਜਾਵੇ ਜਿਹਦਾ 1,000 500 2,000 ਤੱਕ ਦਾ ਖਰਚਾ ਇਹ ਵਿਚਾਰੇ ਝੱਲ ਲੈਣਗੇ। ਹੁਣ ਜੇ ਇਹਨਾਂ ਨੂੰ ਕਹੀਏ ਵੀ ਤੁਸੀਂ 25-25-30,000 ਰੁਪਇਆ ਕਾਗਜ਼ਾਂ ਦਾ ਆਰਸੀਆਂ ਦਾ ਲੈ ਕੇ ਆਓ, ਇਹ ਵਿਚਾਰੋ ਵਿਚਾਰੇ ਕਿੱਥੋਂ ਲਿਆਉਣਗੇ। ਲੁਧਿਆਣਾ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਗੱਲ ਕੀਤੀ ਜਾਊਗੀ ਪਿੱਛੇ ਦਿਨਾਂ 'ਚ ਈ ਰਿਕਸ਼ਾ ਵਾਲਿਆਂ ਦੇ ਲਈ ਫਰਮਾਨ ਆਉਂਦਾ ਕਿ ਤੁਸੀਂ ਆਪਣੇ ਸ਼ੀਸ਼ਿਆਂ ਦੇ ਅੱਗੇ ਪਿੱਛੇ ਜਿਹੜਾ ਨੇਮ ਪਲੇਟ ਅਤੇ ਮੋਬਾਈਲ ਨੰਬਰ ਲਗਾਉਣੇ, ਅਤੇ ਆਰਸੀ ਜਿਹੜੀ ਹੈ ਤੁਹਾਡੇ ਕੋਲ ਹੋਣੀ ਚਾਹੀਦੀ, ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ, ਨੰਬਰ ਪਲੇਟ ਵੀ ਲੱਗਣੀ ਲਾਜ਼ਮੀ ਹੋਏਗੀ, ਅਤੇ ਵਰਦੀ ਪਾਣੀ ਵੀ ਲਾਜ਼ਮੀ ਕਰ ਦਿੱਤੀ ਗਈ ਸੀਗੀ। ਲੇਕਿਨ ਇਹਦੇ ਵਿੱਚੋਂ ਕਈ ਫਰਮਾਨ ਤਾਂ ਜੋ ਈ ਰਿਕਸ਼ਾ ਵਾਲੇ ਸੀ ਉਹਨਾਂ ਨੇ ਮੰਨ ਲਏ, ਲੇਕਿਨ ਈ ਰਿਕਸ਼ਾ ਵਾਲੇ ਜਿਹੜੇ ਨੇ ਫਰਮਾਨ ਕਿਉਂ ਨਹੀਂ ਆਖਿਰ ਮੰਨ ਰਹੇ ਨੇ ਤੁਹਾਨੂੰ ਵੀ ਦੱਸਾਂਗੇ। ਲੇਕਿਨ ਘਰ ਦੇ ਵਿੱਚ ਤੰਗੀ ਪਰੇਸ਼ਾਨੀ, ਅਤੇ ਜਿਨ੍ਹਾਂ ਨੇ ਗੱਡੀਆਂ ਵੇਚੀਆਂ ਅਤੇ ਉਹ ਵੀ ਕਿਤੇ ਨਾ ਕਿਤੇ ਕਸੂਰਦਾਰ ਸੀਗੇ, ਕਿਉਂਕਿ ਉਹਨਾਂ ਨੇ ਪਹਿਲੇ ਮੁੰਗੇਰੀ ਲਾਲ ਦੇ ਸੁਪਨੇ ਦਿਖਾ ਕੇ ਇਹਨਾਂ ਨੂੰ ਗੱਡੀਆਂ ਵੇਚੀਆਂ, ਗੱਡੀਆਂ ਕਹਿ ਕੇ ਵੇਚੀਆਂ ਗਈਆਂ ਕਿ ਇਹਨੂੰ ਆਰਸੀ ਜ਼ਰੂਰਤ ਨਹੀਂ ਪੈਂਦੀ ਅਤੇ ਇਹਦੇ ਲਈ ਕੋਈ ਪੋਲਿਊਸ਼ਨ ਨਹੀਂ ਹੈ, ਪੋਲਿਊਸ਼ਨ ਮੁਕਤ ਹੈ, ਅਤੇ ਇਹ ਗੱਡੀਆਂ ਤੁਸੀਂ ਹਾਈਵੇ ਰੋਡ ਦੇ ਉੱਤੇ ਚਲਾ ਸਕਦੇ ਹੋ। ਲੇਕਿਨ ਸਾਰੇ ਈ ਰਿਕਸ਼ੇ ਵਾਲੇ ਮੌਜੂਦ ਹੈ, ਭੈਣਾਂ ਵੀ ਮੌਜੂਦ ਹੈ, ਇਹ ਤਮਾਮ ਵਰਦੀ ਡਰਾਈਵਰਾਂ ਨੇ ਵੀਰਾਂ ਨੇ ਪਾਈ ਹੋਈ ਹੈ। ਗੱਲਬਾਤ ਵੀ ਕਰਾਂਗੇ ਇਸ ਭੈਣ ਤੋਂ ਸ਼ੁਰੂ ਕਰਾਂਗੇ, ਕਿੰਨੇ ਦਾ ਰਿਕਸ਼ਾ ਪਿਆ, ਕਿੱਦਾਂ ਲਿੱਤਾ, ਕਿਹੜੇ ਡੀਲਰ ਤੋਂ ਲਿੱਤਾ। ਸਰ ਈ ਰਿਕਸ਼ਾ ਪਿਆ ਸੀ 50,000 ਦਾ ਸਰ, ਠੀਕ ਹੈ। ਸਾਡੇ ਕੋਲ ਈ ਰਿਕਸ਼ਾ 4 ਹੈਗੇ ਆ, ਠੀਕ ਹੈ। 3 ਮੈਂਬਰ ਚਲਾਉਂਦੇ, ਇੱਕ ਮੇਰਾ ਭਾਈ ਚਲਾਤਾ ਹੈ, ਇੱਕ ਮੈਂ ਆਪ ਚਲਾਤੀ ਹੂੰ, ਠੀਕ ਹੈ। ਅਤੇ ਗੱਲ ਇਹ ਹੈ ਸਰ, ਇਸ ਟਾਈਮ ਖੜੇ ਪੈਰ ਉਹਨੇ ਆਰਸੀ ਬਣਾਉਣ ਕੇ ਲਈ ਬੋਲਾ ਹੈ 40,000 45,000 25,000 ਤੋਂ ਸ਼ੁਰੂਆਤ ਹੈ। ਅਗਲੇ ਕਹਿੰਦੇ ਇਸ ਤੋਂ ਘੱਟ ਬਣਨੀ ਨਹੀਂ ਸਰ, ਗਰੀਬ ਬੰਦਾ 500 600 700 ਵੱਧ ਤੋਂ ਵੱਧ ਕਮਾਉਂਦਾ ਆ, ਇਹਦੇ ਵਿੱਚ ਬੱਚਿਆਂ ਦੀ ਰੋਟੀ ਖਵਾਊਗਾ, ਫੀਸ ਭਰੂਗਾ ਕਿ ਆਰਸੀ ਬਣਵਾਊਗਾ। ਸਰ ਆਪਣੀ ਮੰਗ ਸਰਕਾਰ ਤੋਂ ਇਹੀ ਹੈ ਕਿ ਜਿਤਨਾ ਹੋ ਸਕੇ ਘੱਟ ਤੋਂ ਘੱਟ 500 400 ਜੋ ਵੀ ਫੀਸ ਪੈਂਦੀ ਹੈ ਸਰਕਾਰੀ, ਉਹੀ ਪਾਵੇ, ਇਸ ਤੋਂ ਵੱਧ ਨਾ ਪਾਵੇ, ਉਹ ਇਸ ਤੋਂ ਵੱਧ ਨਾ ਪਾਵੇ, ਨਹੀਂ ਤਾਂ ਗਰੀਬ ਬੰਦਾ ਮਰੂਗਾ ਕਿ ਰੋਟੀ ਖਾਊਗਾ ਕਿ ਆਰਸੀ ਬਣਵਾਊਗਾ। ਤੁਸੀਂ ਰੂਲ ਰੈਗੂਲੇਸ਼ਨ ਪੂਰੇ ਮੰਨਦੇ ਪਏ ਹੋ, ਵਰਦੀ ਪਾਈ ਹੋਈ ਹੈ, ਇੱਕ ਭੈਣ ਨਹੀਂ ਪਾਈ ਹੈ, ਅੱਗੇ ਆਜੋ, ਤੁਸੀਂ ਪਾਈ ਹੈ ਕਿ ਰੂਲ ਰੈਗੂਲੇਸ਼ਨ ਮੰਨਣ ਦੀ ਮਨਜ਼ੂਰੀ ਹੈਗੀ? ਅਸੀਂ ਤਾਂ ਡਰਦਿਆਂ ਨਹੀਂ ਪਾਈਆਂ ਵੀ ਕੁਛ ਹੋਵੇ ਨਾ, ਸਾਡੀ ਗੱਡੀ ਦਾ ਚਲਾਨ ਨਾ ਕੱਟਿਆ ਜਾਵੇ, ਕਹਿੰਦੇ ਗੱਡੀਆਂ ਬੰਦ ਹੋ ਜਾਣਗੀਆਂ, ਨਹੀਂ ਪਾਉਂਗੇ ਤਾਂ ਜੋ ਨਹੀਂ ਪਾਉਂਗੇ। ਹਾਂਜੀ, ਹੁਣ ਲਾਇਸੈਂਸ ਬਣਵਾਇਆ 2,000 ਦੇ ਕੇ, ਅਜੇ 6500 ਹੁਣ ਬਾਕੀ ਹੋਰ ਚਾਹੀਦਾ ਪੱਕੇ ਲਈ, ਉਹਨਾਂ ਨੇ ਕਿਹਾ 6500 ਹੋਰ ਲੱਗੂਗਾ। ਕੱਚੇ ਦਾ 6500 ਕੱਚੇ ਦਾ? ਹਾਂਜੀ, ਲਰਨਿੰਗ ਆਇਆ ਹੈ। ਲਰਨਿੰਗ ਲਾਇਸੈਂਸ ਦੀ ਫੀਸ ਤੁਹਾਨੂੰ ਤਾਂ ਆਪ ਨੂੰ ਪਤਾ ਹੋਣੀ ਚਾਹੀਦੀ, 530 ਰੁਪਏ ਮੈਂ ਤਾਂ ਕਚਹਿਰੀ 'ਚ ਬਣਵਾਇਆ ਜਾ ਕੇ 2,000 ਲੱਗਾ। ਜੋ ਕੁਛ ਕਰ ਸਕਦੇ ਸੀ ਕਰ ਲਿਆ, ਬਾਕੀ ਹੁਣ ਆਰਸੀ ਨਹੀਂ ਮਿਲਦੀ ਪਈ, ਕੌਣ ਨਹੀਂ ਦੇ ਰਹੇ ਆਰਸੀ? ਜਿਹੜੇ ਸ਼ਿਪਰੀ ਟਾਊਨ ਡੀਸੀ ਵਾਲੇ ਏਜੰਸੀਆਂ ਵਾਲੇ ਨਹੀਂ ਦੇ ਰਹੇ, ਪੈਸੇ ਕਿਉਂ ਮੰਗ ਰਹੇ ਨੇ?
ਮੇਰੀ ਤਾਂ ਕੈਸ਼ ਹੈ ਤਾਂ ਵੀ ਨਹੀਂ ਮੈਨੂੰ ਦੇ ਰਹੇ, ਮੈਂ ਤਾਂ ਕੈਸ਼ ਦਿੱਤਾ, ਆਰਸੀ ਨਹੀਂ ਲਿਆ ਰਹੇ, ਦੇ ਹੀ ਨਹੀਂ। ਇਹ ਤੁਸੀਂ ਇਹ ਗੱਲ ਪੁਲਿਸ ਨਾਲ ਕਰ ਸਕਦੇ ਹੋ, ਡੀਸੀਪੀ ਨਾਲ ਗੱਲ ਕਰ ਸਕਦੇ ਹੋ, ਏਸੀਪੀ ਨਾਲ ਗੱਲ ਕਰ ਸਕਦੇ ਹੋ, ਸੀਪੀ ਸਾਹਿਬ ਨਾਲ ਗੱਲ ਕਰ ਸਕਦੇ ਹੋ ਕਿ ਇਹ ਡੀਲਰ ਸਾਡੇ ਕੋਲ ਪੈਸਾ ਵੱਧ ਮੰਗ ਰਹੇ ਨੇ। ਉਹ ਕਹਿੰਦੇ ਆ ਗੱਲ ਜਿਹੜੀ ਹੋ ਗਈ ਹੈ, 2 ਮਹੀਨੇ ਤੁਹਾਨੂੰ ਟਾਈਮ ਮਿਲ ਚੁੱਕਿਆ, 2 ਮਹੀਨੇ ਦੇ ਵਿੱਚ ਆਪਣਾ ਸਾਰਾ ਬਣਵਾ ਕੇ ਲਿਆਓ, ਏਜੰਸੀ ਵਾਲਿਆਂ ਨੂੰ ਕਹੋ ਜਾ ਕੇ। ਪਰਿਵਾਰ ਏਜੰਸੀ ਵਾਲੇ ਕਹਿੰਦੇ ਡਾਕਖਾਨੇ 'ਚ ਜਾਓ, ਹੁਣ ਸਾਡੇ ਕੋਲ ਨਹੀਂ ਹੈਗੀ ਆਰਸੀ, ਉਹ ਕਹਿੰਦੇ ਡਾਕਖਾਨੇ 'ਚ ਜਾਓ, ਉਹਨਾਂ ਨੇ ਖੁਦ ਦਿੱਤੀ ਸਾਨੂੰ ਪਲੇਟ, ਕਿਹਾ ਪਲੇਟ ਲਵਾ ਲਓ, ਅੱਗੇ ਬੈਗ ਤੇ ਵੀ ਲੱਗੀਆਂ ਫਰੈਂਡ। ਜਦੋਂ ਮਹਿਲਾ ਆਪ ਚਲਾਣ ਲੱਗੀਆਂ, ਘਰ ਪਾਲਣ ਲੱਗੀਆਂ ਤੇ ਸਰਕਾਰਾਂ ਫਿਰ ਕੀ ਕਰਨਗੀਆਂ ਤੇ ਹੁਣ ਤੁਹਾਨੂੰ ਵੀ ਘਰੇ ਬਿਠਾਉਣਾ ਵਾ? ਅਸੀਂ ਕਿਸੇ ਮਜਬੂਰੀ ਨੂੰ ਗੱਡੀ ਫੜੀ ਸੀ, ਐਵੇਂ ਥੋੜ੍ਹੀ ਨਾ ਫੜੀ ਆ, ਸ਼ੌਂਕ ਨੂੰ ਨਹੀਂ ਫੜੀ। ਸੜਕਾਂ 'ਤੇ ਘੁੰਮਦੇ ਇੱਕ 10-10 ਰੁਪਏ ਪਿੱਛੇ ਸਾਰਾ ਦਿਨ, ਕਿਸੇ ਵੇਲੇ ਕੋਈ ਮਜ਼ਾਕ ਕਰ ਜਾਂਦਾ, ਕਿਸੇ ਵੇਲੇ ਕੋਈ ਗਾਲ ਵੀ ਕੱਢ ਜਾਂਦਾ, ਕਈ ਕੁਛ ਹੁੰਦਾ ਆ ਸੜਕਾਂ 'ਤੇ, ਪਰ ਸਭ ਬਰਦਾਸ਼ਤ ਕਰੀ ਦੀ, ਕੋਈ ਚੱਕਰ ਨਹੀਂ, ਆਪਣੀ ਮਜਬੂਰੀ ਆ, ਲੋੜ ਆ, ਕਰਦੇ ਵੀ। ਇਹ ਤਾਂ ਸਰ ਮੈਂ ਤੁਹਾਨੂੰ ਸਾਫ ਹੀ ਦੱਸਾਂ, ਜੇ ਪ੍ਰਸ਼ਾਸਨ ਸਾਡੀ ਗੱਲ ਨਹੀਂ ਮੰਨੀ ਨਾ, ਆਜੋ ਭੈਣ ਜੀ ਆਜੋ, ਜੇ ਪ੍ਰਸ਼ਾਸਨ ਸਾਡੀ ਗੱਲ ਨਹੀਂ ਮੰਨੀ, ਜੇ ਚਲਾਨ ਕੱਟੇ ਜਾਣੇ, ਕੋਈ ਵੀ ਚੀਜ਼ ਨਾ ਹੋਈ, ਚਲਾਨ ਕੱਟਿਆ 5,000 ਦਾ ਸਿੱਧਾ ਹੀ, ਇਹ ਵੀ ਪੁਲਿਸ ਵਾਲਿਆਂ ਦਾ ਕਹਿਣਾ ਆ, ਇੱਕ ਵੀ ਚੀਜ਼ ਨਹੀਂ ਹੋਊਗੀ ਤੁਹਾਡੇ ਕੋਲ 5,000 ਪ੍ਰਸ਼ਾਸਨ ਨਹੀਂ ਹਟਣੀ, ਕਿਉਂ ਤੁਹਾਨੂੰ ਪਤਾ ਮੈਂ ਤੁਹਾਡੀ ਤੇ ਗੱਲ ਕੱਟਣ ਲੱਗਾ ਵਾਂ, ਮੈਂ ਮੇਰੀ ਗੱਲ ਸੁਣੋ ਭੈਣ, ਤੁਹਾਡੀ ਗੱਲ ਇਸ ਕਰਕੇ ਕੱਟਣ ਲੱਗਾ ਵਾਂ, ਇਹ ਕੰਪਨੀ ਵਾਲਿਆਂ ਦਾ ਕਸੂਰ ਹੈ ਨਾ ਕਿ ਪੁਲਿਸ ਵਾਲਿਆਂ ਦਾ ਕਸੂਰ ਹੈ। ਪੁਲਿਸ ਤੁਹਾਡੇ ਨਾਲ ਕੋਪਰੇਟ ਵੀ ਕਰ ਰਹੀ ਹੈ, ਸੁਣ ਤਾਂ ਲਓ, ਪੁਲਿਸ ਤੁਹਾਨੂੰ ਸਮਾਂ ਵੀ ਦੇ ਰਹੀ ਹੈ, ਪੁਲਿਸ ਨੇ ਤੁਹਾਨੂੰ ਹਰ ਚੀਜ਼ ਦੀ ਸਹੂਲਤ ਦਿੱਤੀ ਕਿ ਵਰਦੀ ਤੁਹਾਡੇ ਕੋਲ ਨਹੀਂ ਹੈ, ਵਰਦੀ ਬਣਵਾ ਲਓ, 1200-1300 ਦੀ ਵਰਦੀ ਤੁਹਾਡੀ ਬੰਨੀ ਜਾ ਰਹੀ ਹੈ, ਲੇਕਿਨ ਇਹਦੇ 'ਚ ਕਸੂਰਵਾਰ ਕੰਪਨੀ ਵਾਲੇ ਜਿਨ੍ਹਾਂ ਨੇ ਤੁਹਾਨੂੰ ਮੰਗੇਰੀ ਲਾਲ ਦੇ ਸੁਪਨੇ ਦਿਖਾ ਕੇ ਗੱਡੀਆਂ ਦਿੱਤੀਆਂ। ਪੁਲਿਸ ਕਾਰਵਾਈ ਕਰੇ, ਪੁਲਿਸ ਨੂੰ ਆਹ ਕਹੋ ਕਾਰਵਾਈ ਕਰੋ, ਸਾਨੂੰ ਜਿਨ੍ਹਾਂ ਨੇ ਨੰਬਰ ਪਲੇਟਾਂ ਸਾਡੀਆਂ ਲਗਾਤੀਆਂ, ਸਾਡੀ ਆਰਸੀ ਦੇ ਪੈਸੇ ਮੰਗੇ ਜਾ ਰਹੇ ਨੇ, ਸਾਡੇ ਡਰਾਈਵਿੰਗ ਲਾਇਸੈਂਸ ਦੇ ਪੈਸੇ ਲੱਗ ਰਹੇ, ਕੋਈ ਕੈਂਪ ਗੁਨਾਈਜ਼ ਕੀਤਾ ਜਾਵੇ ਪੁਲਿਸ ਵੱਲੋਂ, ਆਰਸੀ ਦਾ ਭਰਿਆ ਹੋਇਆ ਅਸੀਂ, ਪੁਲਿਸ ਨੂੰ ਆਹ ਗੱਲ ਨਹੀਂ ਕੀਤੀ ਕਿ ਸ਼ਾਮ ਜੀ ਮੇਰੀ ਗੱਲ ਸੁਣੋ, ਇਹਨਾਂ ਦੀਆਂ ਗੱਡੀਆਂ ਨੂੰ ਨੰਬਰ ਤਾਂ ਲਾ ਤੇ ਆਰਸੀ ਉਹਨਾਂ ਨੇ ਆਪਣੇ ਕੋਲ ਰੱਖੀਆਂ ਹੋਈਆਂ ਨੇ, ਇਹਨਾਂ ਨੂੰ ਤਾਂ ਨਹੀਂ ਦੇ, ਜੇ ਨੰਬਰ ਆ ਗਿਆ ਤਾਂ ਫਿਰ ਆਰਸੀ ਕਿਉਂ ਨਹੀਂ ਆਈ? ਆਰਸੀ ਨਾਲ ਦੀ ਨਾਲ ਆਊ, ਆਰਸੀ ਉਹਨਾਂ ਨੇ ਤਾਂ ਰੱਖਿਆ ਵੀ ਤੁਹਾਡੇ ਕੋਲ 20-25,000 ਰੁਪਇਆ ਲੈ ਸਕੀਏ ਤੇ ਫਿਰ ਤੁਹਾਨੂੰ ਅਸੀਂ ਆਰਸੀਆਂ ਦੇਈਏ, 20,000 ਰੁਪਇਆ ਤੁਹਾਨੂੰ, ਯਾਨੀ ਆਪਣੇ ਪੈਸਿਆਂ ਖਾਤਰ ਤੁਹਾਨੂੰ ਆਰਸੀਆਂ ਨਹੀਂ ਦੇ ਰਹੇ, ਆਰਸੀਆਂ ਦਾ ਜਦੋਂ ਨੰਬਰ ਲੱਗ, ਇਸ ਮਾਮਲੇ 'ਚ ਇਹਨਾਂ ਨੂੰ ਆਰਟੀਓ ਸਾਹਿਬ ਨੂੰ ਨਹੀਂ ਮਿਲਣਾ ਚਾਹੀਦਾ? ਮਿਲਣਾ ਚਾਹੀਦਾ ਬਿਲਕੁਲ, ਹੁਣ ਤੱਕ ਜਿਹੜੀ ਮੀਟਿੰਗ ਹੋਈ ਹੈ ਨਾ ਆਟੋ ਡੀਲਰਾਂ ਦੀ ਤੇ ਆਟੋ ਫਾਈਨੈਂਸਰਾਂ ਦੀ ਮੀਟਿੰਗ ਹੋਈ ਹੈ, ਜਦ ਕਿ ਮੇਨ ਮੀਟਿੰਗ ਆਟੋ ਚਾਲਕਾਂ ਦੀ ਹੋਣੀ ਚਾਹੀਦੀ ਆ, ਜੋ ਇਹਨਾਂ ਨੂੰ ਦੁੱਖ ਤਕਲੀਫ ਆ ਇਹਨਾਂ ਨੂੰ ਜਾ ਕੇ ਸੀਪੀ ਸਾਹਿਬ ਨੂੰ, ਆਰਟੀਓ ਸਾਹਿਬ ਨੂੰ ਤੇ ਜਿਹੜੇ ਡੀਸੀ ਸਾਹਿਬ ਨੂੰ, ਇਹਨਾਂ ਨੂੰ ਆਪਣਾ ਮੰਗ ਪੱਤਰ ਦੇਣਾ ਚਾਹੀਦਾ, ਪਰ ਇਹਨਾਂ ਨੂੰ ਕੋਈ ਮਿਲਣ ਹੀ ਨਹੀਂ ਦੇ ਰਿਹਾ, ਇਹਨਾਂ ਨੂੰ ਮੰਗ ਪੱਤਰ ਦੇ ਕੇ ਆਏ ਆ, ਪਰ ਉੱਥੇ ਡੀਸੀ ਨੂੰ ਵੀ ਦੇ ਕੇ ਆਏ, ਮੈਂ ਤੁਹਾਨੂੰ ਦੱਸਦਾ ਇਹਨਾਂ ਨੇ ਮੰਗ ਪੱਤਰ ਦਿੱਤਾ, ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ, ਪਰਮਿਸ਼ਨ ਨਹੀਂ ਮਿਲੀ ਇਹਨਾਂ ਨੂੰ, ਇਹ ਹੁਣ ਕਹਿੰਦੇ ਜੀ ਕੈਂਪ ਲਵਾਵਾਂਗੇ, 15 ਦਿਨ ਹੋ ਗਏ ਆ, ਨਾ ਕੋਈ ਕੈਂਪ ਆ, ਨਾ ਕੋਈ ਗੱਲਬਾਤ, ਸਰਕਾਰ ਜੇ ਸਰਕਾਰ ਕਰ ਕੋਈ ਨਿਯਮ ਲਾਗੂ ਕਰਦੀ ਆ, ਕੋਈ ਕਾਨੂੰਨ ਲਾਗੂ ਕਰਦੀ ਆ, ਤਾਂ ਇਹਨਾਂ ਵਿਚਾਰਿਆਂ ਤੋਂ ਮੈਂ ਕਹਿੰਦਾ 1,000-2,000 ਜਿਹੜੀ ਕੋਈ ਫੀਸ ਆ, ਇਹ ਈ ਰਿਕਸ਼ਾ ਨੇ, ਇਹ ਰਿਕਸ਼ਾ ਦਾ ਹੀ ਕੰਮ ਕਰਦੇ ਨੇ, 'ਚ ਇਹ ਬੈਟਰੀ ਨਾਲ ਚੱਲਦੇ ਨੇ, ਨਾ ਇਹਨਾਂ ਦਾ ਕੋਈ ਪੋਲਿਊਸ਼ਨ ਆ, ਇਹਨਾਂ ਨੂੰ ਕਾਰਪੋਰੇਸ਼ਨ ਤੋਂ ਕੋਈ ਨੰਬਰ ਜਾਰੀ ਕੀਤਾ ਜਾਵੇ, ਕੋਈ ਪਲੇਟ ਜਾਰੀ ਕੀਤੀ ਜਾਵੇ ਜਿਹਦਾ 1,000-2,000 ਤੱਕ ਦਾ ਖਰਚਾ ਇਹ ਵਿਚਾਰੇ ਝੱਲ ਲੈਣਗੇ। ਹੁਣ ਜੇ ਇਹਨਾਂ ਨੂੰ ਕਹੀਏ ਵੀ ਤੁਸੀਂ 25-30 ਹਜ਼ਾਰ ਰੁਪਇਆ ਕਾਗਜ਼ਾਂ ਦਾ, ਆਰਸੀਆਂ ਦਾ ਲੈ ਕੇ ਆਓ, ਇਹ ਵਿਚਾਰੇ ਕਿੱਥੋਂ ਲਿਆਉਣਗੇ? ਮੇਰੀ ਤਾਂ ਇੱਥੇ ਸਲਾਹ ਰਹੂਗੀ, ਜਿੰਨਾ ਕੋਲ ਤੁਸੀਂ ਆਟੋ ਖਰੀਦੇ ਉਹਨਾਂ ਦਰਾਂ ਮੂਹਰੇ ਰੱਖਾਓ ਆਟੋ, ਕਿ ਤੁਸੀਂ ਵਾਪਸ ਹੀ ਲੈ ਲਓ, ਅਸੀਂ ਤੁਹਾਡੇ ਕੋਲ ਲੈਣਾ ਕਿ ਜਦੋਂ 25-30 ਹਜ਼ਾਰ ਦੇਣਾ ਘਰ ਨੂੰ, ਘਰ ਵੇਚ ਕੇ ਲਓਗੇ ਪੈਸਾ? ਅਗਲਾ ਜਿਹੜੇ ਕਦਮ ਹੈ ਨਾ ਸਾਡੇ ਜੀ, ਅਗਲਾ ਜਿਹੜੇ ਕਦਮ ਆ ਉਹ ਫਾਈਨੈਂਸਰ ਨੂੰ ਘਿਰਾਓ ਕਰਾਂਗਾ ਜੀ,
ਸੁਮੀਤ ਜੀ, ਅਗਲਾ ਜਿਹੜੀ ਅਸੀਂ ਮੀਟਿੰਗ ਕਰਕੇ ਨਾ ਸਲਾਹ ਮਸ਼ਵਰਾ ਕਰਕੇ ਅਗਲਾ ਸਾਡੇ ਟਾਰਗੇਟ ਇਹੀ ਆ, ਫਾਈਨੈਂਸਰ ਨੂੰ ਘੇਰਾ ਕਰਾਂਗੇ ਜੀ। ਏਜੰਸੀਆਂ ਵਾਲੇ ਹੈ ਜਿਹੜੇ ਡੀਲਰ ਹੈ ਉਹਨਾਂ ਕੋਲ ਕਰੇ, ਜਿਹੜਾ ਸਾਡੇ 'ਤੇ ਕਰਦਾ ਪਿਆ ਉਹਨਾਂ ਕੋਲ ਕਰੇ, ਜਿਹੜਾ ਸਾਡੇ ਨਾਲ ਧੱਕਾ ਕਰਦਾ ਪਿਆ ਉਹ ਏਜੰਸੀਆਂ ਵਾਲੇ ਕੋਲ ਧੱਕਾ ਕਰੇ, ਫਾਈਨੈਂਸਰ ਵਾਲੇ ਕੋਲ ਧੱਕਾ ਕਰੇ, ਰਲੇ ਹੋਏ ਜੀ ਸਾਰੇ ਰਲੇ ਹੋਏ ਬੜੇ ਹੋਏ, ਉਹ ਮਿਲੇ ਜੁਲੇ ਸਰਕਾਰ ਹੈ, ਸਾਡੇ ਗਰੀਬ ਬੰਦੇ ਨੂੰ ਸੁਧਾਰੇ ਨੇ, ਸਾਡੇ ਨਾਲ ਧੱਕਾ ਕਰਦੇ ਪਏ। ਆਰਸੀ ਦੀ ਵੈਲਿਊ ਕੀ ਹੈਗੀ ਹੈ? ਇਸ ਆਰਸੀ ਦੀ ਵੈਲਿਊ 2 ਸਾਲ ਆ, 2 ਸਾਲ ਦੀ ਵੈਲਿਊ, ਬਾਅਦ 'ਚ ਲਿਖਿਆ ਫਿਟਨੈਸ, 2 ਸਾਲ ਤੋਂ ਬਾਅਦ ਤੁਹਾਡੀ ਗੱਡੀ ਦੀ ਕੰਡੀਸ਼ਨ ਦੇਖ ਕੇ ਅੱਗੋਂ ਪਾਸਿੰਗ ਕੀਤੀ ਜਾਊਗੀ। ਇਹ 2-2 ਸਾਲ ਦੀ ਬਣਾ ਕੇ ਦੇ ਰਹੇ ਪਤਾ ਨਹੀਂ, 1 ਲੱਖ ਲਿਆ ਉਹਨਾਂ ਨੇ ਸਾਡੇ ਕੋਲੋਂ, 1,35,000 ਦੀ ਗੱਲ ਹੋਈ ਸੀਗੀ, ਅਤੇ ਇਨਕਲੂਡਿੰਗ ਅਗਰ ਆਰਸੀ ਪਾਵਾਂਗੇ ਤਾਂ 1,60,000 55,000 ਤੁਹਾਡੇ ਤੋਂ ਲਵਾਂਗੇ। ਸਾਡੇ ਕੋਲੋਂ 30,000 ਰੁਪਈਆ ਆਰਸੀ ਦਾ ਪਲੱਸ ਉਹਨਾਂ ਨੇ ਲਿਆ ਅਤੇ ਮੈਂ ਦਿੱਤਾ, ਮੇਰੇ ਹੱਥ ਤਾਂ ਆਰਸੀ ਦਿੱਤੀ ਗਈ ਆ 8 ਮਹੀਨੇ ਬਾਅਦ। ਸਰ ਜੀ, ਅਸੀਂ ਅਨਪੜ੍ਹ ਲੋਕ, 200-400-500 ਕਮਾਉਣ ਵਾਲੇ, ਸਾਨੂੰ ਕੋਈ ਹੈ ਨਹੀਂ ਗਾ ਇੰਨਾ ਕੁਛ ਨੌਲੇਜ, ਲੇਕਿਨ ਸਾਨੂੰ ਤਾਂ ਇਹ ਕਹਿੰਦੇ ਦੱਸਦੇ ਹੁਣ ਇੰਨਾ ਸੋਚੀਏ ਤਾਂ ਕਿ ਅਨਪੜ੍ਹ ਬੰਦਾ ਇੰਨਾ ਨਹੀਂ ਸੋਚ ਸਕਦਾ। ਸੁਮੀਤ ਜੀ, ਦੇਖਿਆ ਜਾ ਨਾ ਪੂਰੇ ਲੁਧਿਆਣਾ 'ਚ ਹਜ਼ਾਰੋਂ ਪਰਿਵਾਰ ਇੱਦਾਂ ਦੇ, ਹਜ਼ਾਰੋਂ ਇੱਦਾਂ ਰਿਕਸ਼ਾ ਚਾਲਕ ਉਹਨਾਂ ਨੂੰ ਲੁੱਟ ਰਿਹਾ, ਕਰੋੜੋਂ ਰੁਪਏ ਇਹਨਾਂ ਨੇ ਲੁੱਟ ਲਿਆ ਇਸ ਤਰ੍ਹਾਂ ਕਰਕੇ। ਤੁਹਾਨੂੰ ਮੈਂ ਦੱਸਦਾ, ਈ ਰਿਕਸ਼ਾ ਇਸ ਕਰਕੇ ਹੈ ਜੀ, ਯੂਪੀ 'ਚ ਇਹ ਚੱਲਦੇ ਸੀਗੇ, ਯੂਪੀ 'ਚ ਚੰਡੀਗੜ੍ਹ 'ਚ ਨੰਬਰ ਪਲੇਟ ਲੱਗੀ ਹੋਈ ਹੈ, ਆਰਸੀ ਵੀ ਉਹਨਾਂ ਕੋਲ ਹੈਗੀ ਆ, ਉੱਥੇ ਡੀਲਰ ਤਾਂ ਬਿਲਕੁਲ ਵਧੀਆ ਕੰਮ ਕਰ ਰਹੇ ਨੇ ਕਿ ਪੰਜਾਬ ਦੇ ਡੀਲਰ ਇੱਧਰ ਕੰਮ ਕਰ ਰਹੇ ਨੇ? 8 ਮਹੀਨੇ ਇਕੱਲਾ ਲੁਧਿਆਣੇ 'ਚ ਹੋ ਰਿਹਾ, ਠੱਗੀ ਵੱਜ ਰਹੀ ਹੈ ਇੱਥੇ ਪੰਜਾਬ ਦੇ ਵਿੱਚ, 15,000 ਮੇਰੇ ਤੋਂ ਲਿਆ ਆਰਸੀ ਦਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਛੋਟੀ ਜੀ, ਪੁਲਿਸ ਤੁਹਾਡਾ ਸਾਥ ਦੇ ਰਹੀ ਹੈ, ਮੈਂ ਬਾਰ-ਬਾਰ ਕਹਿ ਰਿਹਾ, ਪੁਲਿਸ ਤੁਹਾਡਾ ਸਾਥ ਦੇ ਰਹੀ ਹੈ, ਸਾਡੇ ਨਾਲ ਮੀਟਿੰਗ ਕਿਉਂ ਨਹੀਂ ਕਰਦੇ, ਸਾਡੇ ਨਾਲ ਗੱਲ ਕਿਉਂ ਨਹੀਂ ਕਰਦੇ? ਮੈਡਮ ਪੂਰੇਵਾਲ ਜੀ ਨੂੰ ਮਿਲੋ, ਮੈਡਮ ਪੂਰੇਵਾਲ ਜੀ ਕੰਮ ਤੁਹਾਡਾ ਹੱਲ ਕਰਨਗੇ। ਤੁਸੀਂ ਇੱਕ ਵਾਰ ਮੀਟਿੰਗ ਕਰਾ ਦਿਓ ਸਾਡੀ, ਐਂ ਕਰੋ ਤੁਸੀਂ ਸਾਡੇ ਨਾਲ ਮੀਟਿੰਗ ਕਰਾਓ, ਮੀਡੀਆ ਵਾਲਿਆਂ ਨਾਲ ਹਜ਼ੂਰ ਕੋ ਬੇਨਤੀ ਹੈ, ਸਾਡੇ ਅਫਸਰ ਨਾਲ ਮੇਰੀ ਗੱਲ ਕਰੇ, ਅਸੀਂ ਮੀਟਿੰਗ ਕਰਦੇ ਹਾਂ, ਦੇਖੋ ਅਸੀਂ ਉਹਨਾਂ ਨਾਲ ਬਿਲਕੁਲ ਸਹਿਮਤ ਹੈ, ਅਸੀਂ ਸਾਰੀ ਪਰ ਸ਼ਰਤ ਇਹੀ ਹੈ ਸਾਡੀ ਵੀ ਗੱਲ ਸੁਣਨ, ਉਹ ਉਹਨਾਂ ਦੀ ਵੀ ਗੱਲ ਅਸੀਂ ਸੁਣਾਂਗਾ। ਪ੍ਰਸ਼ਾਸਨ ਤੋਂ ਮੰਗਾਂ, ਸਾਡੇ ਚਾਲਕਾਂ ਨਾਲ ਮੀਟਿੰਗ ਕਰਾਂ, ਨਾਲ ਮੀਟਿੰਗ ਨਾ ਕਰਨ, ਚੋਰਾਂ ਨਾਲ ਮੀਟਿੰਗ ਨਾ ਕਰਨ, ਲੁਟੇਰੇ ਨਾਲ ਮੀਟਿੰਗ ਨਾ ਕਰਨ, ਕਿਉਂ ਫਾਈਨੈਂਸਰ ਸਾਡਾ ਕਦੇ ਮਿਹਤ ਨਹੀਂ ਬਣ ਸਕਦਾ, ਉਹ ਫਾਈਨੈਂਸਰ ਕਰਕੇ ਤਾਂ ਅੱਜ ਗੁੰਮਰਾਹ ਹੋ ਗਿਆ ਜੀ। ਭਾਜੀ ਮੇਰੀ ਗੱਲ ਸੁਣੋ, ਪ੍ਰਸ਼ਾਸਨ ਨਾਲ ਤਾਂ ਚਲੋ ਮੀਟਿੰਗ ਕਰ ਲਾਂਗੇ, ਪ੍ਰਸ਼ਾਸਨ ਨੇ ਜੋ ਕਿਹਾ ਵਰਦੀਆਂ ਪਾ ਲਓ ਠੀਕ ਹੈ, ਪਰ ਦੇਖੋ ਇੱਕ ਮੇਰੀ ਸਰਕਾਰ ਅੱਗੇ ਵੀ ਬੇਨਤੀ ਆ ਵੀ ਇਹਨਾਂ ਨੂੰ ਕਾਰਪੋਰੇਸ਼ਨ ਤੋਂ ਜਾਂ ਪੁਲਿਸ ਪ੍ਰਸ਼ਾਸਨ ਕੋਈ ਆਪਣੇ ਕੋਲੋਂ ਨੰਬਰ ਲਾਗੂ ਕਰ ਦੇ, ਇਹ ਆਰਸੀਆਂ ਉਰਸੀਆਂ ਦਾ ਰੌਲਾ ਰਹਿਣ ਦੇਵੇ, ਜਿੱਦਾਂ ਪਲੇਟ ਜਿੱਦਾਂ ਈ ਰਿਕਸ਼ਾ 'ਤੇ ਪਲੇਟ ਲੱਗਦੀ ਸੀ ਜਿਹੜਾ ਕਿ 1,000 ਜਿਹਦੇ ਕੋਈ, ਹਾਂ ਜਿਹਦੀ ਕਿ ਜੈਨੂਅਨ ਫੀਸ ਹੋਵੇ 1,000-1,500 ਰੁਪਏ ਵਿਚਾਰੇ ਭਰ ਦੇਣਗੇ, ਹੁਣ 20-25,000 ਦੇਖੋ ਪ੍ਰਸ਼ਾਸਨ ਦਾ ਕਹਿੰਦਾ ਤੁਸੀਂ ਕਾਗਜ਼ ਪੂਰੇ ਕਰ ਲਓ, ਉਹਨਾਂ ਨੇ ਟਾਈਮ ਦੇ ਦਿੱਤਾ 2 ਮਹੀਨੇ ਦਾ ਟਾਈਮ ਵੀ ਦੇ ਦਿੱਤਾ, ਪਰ 2 ਮਹੀਨੇ 'ਚ ਵਿਚਾਰੇ 25-25-30,000 ਰੁਪਇਆ ਕਿੱਥੋਂ ਲਿਆਉਣਗੇ? ਕਾਗਜ਼ ਤਾਂ ਆਪਾਂ ਨਵੀਂ ਗੱਡੀ ਜਦੋਂ ਲੈ ਲਈ 2-2.5 ਲੱਖ ਖਰਚਾ, 2 ਲੱਖ ਖਰਚਦਾ ਅਗਲਾ ਪਾ ਕੇ ਦਿੰਦਾ ਕਾਗਜ਼, ਹੁਣ ਉਹਨਾਂ ਨੇ ਲਾਗੂ ਕੀਤਾ ਨਾ, ਜਿਹੜੀਆਂ ਪੁਰਾਣੀਆਂ ਗੱਡੀਆਂ ਚੱਲ ਰਹੀਆਂ ਉਹਨਾਂ ਦਾ ਸਟਿੱਕਰ ਲੱਗ ਗਿਆ, ਅੰਮ੍ਰਿਤਸਰ ਵਾਸਤੇ ਸਟਿੱਕਰ ਲਾਇਆ ਜਾਣਾ, ਇਹੀ ਅਪੀਲ ਕਰ ਰਹੇ ਨਾ ਤੁਹਾਨੂੰ, ਇਹੀ ਡਰ ਹੈ ਵੀ ਐਂਜੀ ਬੰਦਾ ਲੁੱਟ ਖੋ ਕਰਦੇ ਅੱਜ ਕੱਲ੍ਹ, ਬਹੁਤ ਸਟਿੱਕਰ ਨੰਬਰ ਹੀ ਲੱਗ ਗਿਆ ਤੁਹਾਡੇ ਕੋਲ, ਪੁਲਿਸ ਦੇ ਰਿਕਾਰਡ ਹੀ ਪਹੁੰਚ ਗਿਆ, ਫਿਰ ਲੁੱਟ ਖੋ ਕਿੱਦਾਂ ਕਰ ਲੂਗਾ? ਚਲੋ ਇਹ ਤਾਂ ਜਿਹਦਾ ਈ ਰਿਕਸ਼ਾ ਉਹ ਵੀ ਫੇਕ ਨੰਬਰ ਵੀ ਤਾਂ ਚਲਾਈ ਸਕਦਾ, ਫੇਕ ਨੰਬਰ ਹੀ ਮੋਬਾਈਲ ਨੰਬਰ ਪਾਸਵਰਡ ਬੰਦ ਹੋ ਗਿਆ, ਫਲਾਣਾ ਹੋ ਗਿਆ, ਜਬ ਆਰਸੀ ਜਬ ਆਰਸੀ ਆਪ ਦੇ ਨਹੀਂ ਰਹੇ ਤੋ ਨੰਬਰ ਪਲੇਟ ਆਪ ਕੈਸੇ ਦੇ ਰਹੇ ਆਪ, ਬਗੈਰ ਆਰਸੀ ਨੰਬਰ ਪਲੇਟ ਕੈਸੇ ਬਣਾ ਰਹੇ ਗਾਡੀ ਤੋ ਫਿਰ ਇਨਕੋ ਜਬ ਇਨਕੇ ਪਾਸ ਯੇ ਕਹਿ ਰਹੀ ਇਨਕੇ ਪਾਸ ਨੰਬਰ ਪਲੇਟ ਹੈ, ਨੰਬਰ ਪਲੇਟ ਆਪਕੇ ਪਾਸ ਹੈ ਆਰਸੀ ਹੈ, ਕੈਸੇ ਨਹੀਂ ਇਨਕੋ ਨੰਬਰ ਪਲੇਟ ਮਿਲੀ ਤਾਂ ਆਰਸੀ ਕੈਸੇ ਨਹੀਂ ਮਿਲੀ ਹੈ, ਇਸਕਾ ਮਤਲਬ ਕਿ ਦਬਾ ਕੇ ਰੱਖੀ ਆਰਸੀ ਉਹਨਾਂ ਨੇ, ਐਕਚੁਅਲੀ ਇਹ 420 ਹੁੰਦੀ ਹੈ, ਤੁਹਾਡਾ ਨੰਬਰ ਪਲੇਟ ਲਗਾ ਦਿੱਤੀ ਗਈ ਹੈ, ਤੁਹਾਨੂੰ ਆਰਸੀ ਦਿੱਤੀ ਨਹੀਂ ਗਈ, ਅਗਰ ਤੁਸੀਂ ਸ਼ੋਅ ਕਿੱਥੋਂ ਕਰੋਗੇ? ਤੁਹਾਡਾ ਬਾਈ ਜੀ ਤੁਹਾਡਾ ਚਲਾਨ ਹੋ ਗਿਆ ਜਾਂ ਤੁਹਾਡੀ ਆਰਸੀ ਬੋਂਡ ਹੋ ਗਈ ਹੈ, ਕਿੱਥੇ ਆਰਸੀ ਤੁਹਾਡੀ ਕਿਸੇ ਮਹਿਕਮੇ ਕੋਲ ਹੈਗੀ ਹੈ ਉਹ ਤੁਸੀਂ ਐਕਸਕਿਊਜ਼ ਦੇ ਸਕਦੇ ਹੋ, ਅਗਰ ਡੀਲਰ ਨਹੀਂ ਦੇ ਰਹੇ ਤੁਸੀਂ, ਤੁਹਾਨੂੰ ਨੰਬਰ ਪਲੇਟ ਕਿੱਦਾਂ ਲੱਗ ਗਈ, ਇੱਕ ਵੱਡਾ ਸਵਾਲ ਵੀ ਹੁੰਦਾ ਹੈ, ਤੁਸੀਂ ਮੰਗੇ? ਹਾਂਜੀ ਹਾਂ, ਮੈਂ ਅੱਜ ਵੀ ਜਾ ਕੇ ਆਈ ਹਾਂ, ਪੈਸੇ ਦੇ ਦਿਓ, ਪੈਸੇ ਦੇ ਦਿਓ, ਪੈਸੇ ਦੇ ਦਿਓ, ਆਪ ਬੜਾ ਨਾ ਭਈਆ ਸਭ ਤੋਂ
ਬੜਾ ਰੁਪਈਆ? ਪੈਸੇ ਦਿੱਤੇ ਹੋਏ ਆ ਅਸੀਂ ਆਰਸੀ ਦੇ ਪੈਸੇ। ਸਭ ਤੋਂ ਬੜਾ ਰੁਪਈਆ ਇਹ ਵੀ ਹੋ ਗਿਆ ਜਦੋਂ ਲੈਣ ਜਾਓ ਉਦੋਂ ਪਿੱਟਦੇ ਹਾਂ ਪਿੱਟਦੇ, ਜਦੋਂ ਨਾ ਮਰੇ ਕਿਤੇ ਲੇਟ ਹੋ ਗਈ ਜਾਂ ਕੁਝ ਗੱਡੀ ਤੋਂ ਹੋ ਗਿਆ ਉਦੋਂ ਕਹਿੰਦੇ ਬਾਹਰ ਜਾ ਧੱਕੇ ਮਾਰ ਕੇ ਬਾਹਰ ਕੱਢ ਦੇ। ਦੇਖੋ ਪਤਾ ਕੀ ਆ, ਹਲੇ ਪਹਿਲਾਂ ਮੰਗਦੇ ਆ, ਹੁਣ ਦੂਜਾ ਮੰਗ ਅਸੀਂ ਫਿਰ ਦੁਬਾਰਾ ਦਵਾਂਗਾ ਜੀ, ਠੀਕ ਆ, ਉਹਦੇ 'ਚ ਲਿਖ ਦੇਵਾਂਗਾ ਇਹ ਚੀਜ਼। ਹੁਣ ਕਈ ਗੱਲਾਂ, ਇੱਕ ਗੱਲਾਂ ਹੋਏ ਨਾ, ਹੁਣ ਫੈਲਨ ਸਰ ਇਸ ਟਾਈਮ ਨਾ 15-15 ਹਜ਼ਾਰ ਰੁਪਇਆ ਲੈ ਲਿਆ ਜੀ, ਉਹ ਮੇਰੇ ਖਿਆਲ 3-3 ਸਾਲ ਦਾ ਹਜੇ ਤੱਕ ਆਰਸੀ ਨਹੀਂ ਮਿਲਿਆ, ਨੰਬਰ ਪਲੇਟਾਂ ਦੇ ਦਿੰਦੇ ਜੀ ਪਰ ਆਰਸੀ ਨਹੀਂ। ਦੱਸੋ ਇਹ ਹੈ ਕਿ ਮੈਨੂੰ ਤਾਂ ਸਮਝ ਤੋਂ ਬਾਹਰ। ਇੱਕ ਛੋਟੀ ਗੱਲ ਦੱਸਦਾ ਪ੍ਰਧਾਨ ਸਾਹਿਬ, ਤੁਹਾਡਾ ਇੱਕ ਮੇਨ ਮੋਢੀ ਹੋਣਾ ਚਾਹੀਦਾ ਜਿਹਨੂੰ ਪਾਓ, ਵਕੀਲ ਨੂੰ ਪਾਓ ਜਾਂ ਕਿਸੇ ਵਧੀਆ ਬੰਦੇ ਨੂੰ ਪਾਓ, ਉਹਦੇ ਵਿੱਚ ਉਹ ਤੁਹਾਨੂੰ ਦੱਸੇ ਕਿ ਇਹ ਗੱਡੀ ਲੈ ਰਹੇ ਹੋ, ਮੈਂ ਗੱਡੀ ਨਾਲ ਲੈ ਕੇ ਜਾਵੇ, ਉਸ ਬੰਦੇ ਨੂੰ ਸਾਰੀ ਡਾਕੂਮੈਂਟਰੀ ਪੁੱਛੇ ਕੀ ਲੱਗਦੀ ਕੀ ਨਹੀਂ ਲੱਗਦੀ, ਉਸ ਤੋਂ ਬਾਅਦ ਗੱਡੀ ਇਸ਼ੂ ਕਰਾਵੇ। ਕਿਉਂ ਗੁੰਮਰਾਹ ਹੋ ਰਹੇ ਹੋ ਤੁਸੀਂ? ਚੱਕਰ ਪਤਾ ਕੀ ਸਾਰੇ ਸਾਡੇ ਆਣ ਜਿਹੜੇ ਰਿਕਸ਼ਾ ਚਾਲਕਾਂ ਨੇ ਨਾ ਸਮਝ, ਮੈਂ ਤੁਹਾਨੂੰ ਸਹੀ ਦੱਸਾਂ, ਔਰ ਪੜ੍ਹੇ ਲਿਖੇ ਨਾ ਹੋਣ ਦਾ ਕਾਰਨ ਤੁਸੀਂ ਮੰਨੋਗੇ, ਮੈਂ 8000 ਪੋਸਟਰ ਅੱਜ ਮੰਡਿਆ, 8000 ਪੋਸਟਰ ਮੰਡਿਆ, ਕਿੰਨਾ ਇਕੱਠਾ ਹੋਇਆ, ਪੜ੍ਹਨਾ ਆਉਂਦਾ ਹੀ ਨਹੀਂ, ਪੜ੍ਹਦੇ ਹੀ ਨਹੀਂ, ਟਾਈਮ ਹੀ ਨਹੀਂ ਇਹਨੇ ਕੋਲ, ਕਿਉਂ ਮਿਹਨਤ ਕਰ ਬੰਦੇ ਆ ਇਹਨੇ ਕੋਲ ਟਾਈਮ ਕਿਤੇ ਲੱਗਦੀ ਬਾਈ ਜੀ? ਚੋਟ ਉਹਦੇ ਲੱਗਦੀ ਹੈ ਜਿਹੜਾ ਆਪਣੀ ਰੋਜ਼ੀ ਰੋਟੀ ਕਮਾਉਣ ਦਾ ਸਾਧਨ ਲੈਂਦਾ, ਚੋਟ ਉਹਦੇ ਲੱਗਦੀ ਹੈ ਜਿੰਨੇ ਆਪਣਾ ਲੋਨ ਲੈ ਕੇ ਪੈਸਾ ਦਿੱਤਾ, ਚੋਟ ਉਹਨੂੰ ਲੱਗਦੀ ਹੈ ਜਿੰਨੇ ਕਿਸ਼ਤਾਂ ਭਰਨੀਆਂ, ਜਿੰਨੇ ਨੂੰ ਗੱਡੀ ਮਿਲੀ ਹੋਵੇ 300 ਰੁਪਏ ਕਿਰਾਏ ਤੇ, ਉਹਨੇ ਤੁਹਾਡੇ ਨਾਲ ਕਿਉਂ ਆਉਣਾ? ਗੱਲ ਤਾਂ ਇਹੀ ਨਾ ਭਾਜੀ, ਲੋਕੀ ਜਿਹੜਾ ਦੇਖੋ ਜਿਹੜਾ ਇਹ ਪਤਾ ਕੀ ਆ, ਇਹ ਰਿਕਸ਼ਾ ਚਾਲਕ ਕੋਈ ਗਲਤ ਨਹੀਂ ਆ, ਇਹ ਰਿਕਸ਼ਾ ਵੱਲੋਂ, ਪਰ ਇਹ ਰਿਕਸ਼ਾ ਦਾ ਆਰ ਵਿੱਚ, ਇਹ ਰਿਕਸ਼ਾ ਦਾ ਆਰ ਵਿੱਚ ਕਈ ਬੰਦੇ ਬਿਜ਼ਨਸ ਬਣਾ ਲਿਆ ਜੀ, ਕਈ ਬੰਦੇ ਰਿਕਸ਼ਾ ਦਾ ਆਰ ਵਿੱਚ ਲੀਡਰੀ ਕਰ ਰਿਹਾ, ਅਸੀਂ ਪਰ ਪ੍ਰਸ਼ਾਸਨ ਤੋਂ ਮੰਗ ਕਰਾਂਗਾ ਜਿਹੜੇ ਇਹ ਰਿਕਸ਼ਾ ਦੇ ਸਿਰ ਤੇ ਰੋਟੀ ਖਾ ਰਿਹਾ ਉਹਨਾਂ ਨੂੰ ਕਮਾਉਣ ਦਿਓ, ਰੋਟੀ ਖਾਣ ਦਿਓ, ਔਰ ਕੋਈ ਸਿਸਟਮ ਬਣਾ ਦਿਓ। ਕਹਿਣ ਦਾ ਭਾਵ ਆ ਕਿ ਤੁਹਾਨੂੰ ਨਗਰ ਨਿਗਮ ਲੁਧਿਆਣਾ ਤੋਂ ਕੋਈ ਐਸਾ ਪਲੇਟ ਲਗਾਈ ਜਾਵੇ ਸਸਤੀ ਨੰਬਰ ਅੰਮ੍ਰਿਤਸਰ ਵਰਗਾ, ਇੱਕ ਉਹ ਬਿਲਕੁਲ ਉਹ ਚੀਜ਼ ਕਰਨੀ ਚਾਹੀਦੀ ਹੈ ਬਠਿੰਡੇ ਦੇ ਬਰਨਾਲੇ ਵਰਗਾ। ਜਦ ਸਟਿਕਰ ਲਾਗੂ ਕਰਦੇ ਨੇ ਪੁਲਿਸ ਵਾਲੇ ਆਪਣੇ, ਜਦ ਸਟਿਕਰ ਲਾਗੂ ਕਰਦੇ ਨੇ ਜਾਂ ਨਗਰ ਨਿਗਮ ਵਾਲਾ ਪਲੇਟਾਂ, ਸਾਨੂੰ ਬਸ ਇਹੀ ਦੋ ਮਨਜ਼ੂਰ ਆ, ਬਾਕੀ ਨਵੀਂ ਕਾਨੂੰਨ ਕੋਈ ਮਨਜ਼ੂਰ ਨਹੀਂ ਆ ਜੀ। ਜਿਹੜੀ ਚੋਰ ਬਜ਼ਾਰੀ ਹੋ ਰਹੀ ਹੈ ਉਹ ਤੁਹਾਨੂੰ ਨਾ ਮਨਜ਼ੂਰ ਲਿਆ ਜਾ ਰਿਹਾ, ਤੇ ਮੈਂ ਇਹ ਚਾਹੁੰਦਾ ਸਰਕਾਰ ਤੋਂ ਵੀ ਇਹਨਾਂ ਦਾ ਲਾਇਸੈਂਸ ਕੈਂਪ ਲਗਾ ਕੇ 1500 ਜੋ ਸਰਕਾਰੀ ਐਕਚੁਅਲ ਫੀਸ ਹੈਗੀ ਆ ਉਹਦੇ ਵਿਹਾਰ ਦੇ ਉੱਤੇ ਪਹਿਲ ਦੇ ਆਧਾਰ 'ਤੇ ਇਹਨਾਂ ਦੇ ਲਾਇਸੈਂਸ ਬਣਾਏ ਜਾਣੇ ਚਾਹੀਦੇ ਆ, ਤਾਂ ਕਿ ਵਿੱਚ ਜਿਹੜੇ ਏਜੰਟ ਨੇ, ਹੁਣ ਭਾਅ ਜੀ ਇਹਨਾਂ ਦਾ ਸਾਰੇ ਫਾਇਦਾ ਚੱਕ ਰਹੇ ਆ, ਫਾਈਨੈਂਸਰ ਦਾ ਫਾਇਦਾ ਚੱਕ ਹੀ ਰਹੇ ਆ, ਉੱਤੋਂ ਜਿਹੜੇ ਏਜੰਟ ਨੇ ਜਿਹੜੇ ਕਾਗਜ਼ ਤਿਆਰ ਕਰਦੇ ਨੇ ਲਾਇਸੈਂਸ ਬਣਾਉਂਦੇ ਨੇ, ਉਹਨਾਂ ਨੇ ਵੀ ਇਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਹੋਇਆ ਵਾ, ਉਹ ਵੀ ਪੈਸੇ ਕਮਾ ਰਹੇ ਆ, ਉਲਟਾ 6-6 ਮਹੀਨੇ ਉਹਨਾਂ ਨਾਲ ਲਾਇਸੈਂਸ ਦਿੰਦੇ ਆ, ਫਿਰ ਇਹਨਾਂ ਦੇ ਗੇੜੇ ਕਚਹਿਰੀਆਂ 'ਚ ਕਢਾਉਂਦੇ ਆ, ਕਈ ਤਾਂ ਵਿਚਾਰਿਆਂ ਨਾਲ ਧੱਕਾ ਹੋ ਜਾਂਦਾ, ਉੱਥੇ ਏਜੰਟ ਬੈਠੇ ਹੋਏ ਨੇ ਪੈਸੇ ਲੈ ਕੇ ਦਿਖਦੇ ਹੀ ਕੋਈ। ਤੂੰ ਤੁਹਾਡੇ ਨਾਲ ਮੈਂ ਇਕੱਠੇ ਅੱਜ ਵਾਅਦਾ ਕਰਕੇ ਚੱਲਾਂ, ਤੁਸੀਂ ਕੱਲ੍ਹ 11 ਵਜੇ ਮੈਨੂੰ ਫੋਨ ਕਰੀਓ, ਆਪਾਂ ਚੱਲਾਂਗੇ ਟਰੈਕ 'ਤੇ, ਉੱਥੇ ਪੁੱਛਾਂਗੇ ਲਾਇਸੈਂਸ ਦੀ ਕੀ ਫੀਸ ਹੈ, ਸਰਕਾਰੀ ਫੀਸ ਕੀ ਆ, ਉਹ ਜੋ ਮੇਰੇ ਕੋਲ ਹੱਲ ਹੋਊਗਾ ਮੈਂ ਕਰਾ ਕੇ ਦੇਵਾਂਗਾ, ਚਾਹੇ ਮੀਟਿੰਗ ਕੋਈ ਕਰਾਵੇ ਚਾਹੇ ਨਾ ਕਰਾਵੇ। ਤੁਹਾਡੇ ਲਈ ਸਰਕਾਰ ਨਾਲ ਮੈਂ ਵੀ ਸਹਿਮਤ ਹਾਂ ਕਿ ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ, ਬੱਚੇ ਰਿਕਸ਼ਾ ਨਾ ਚਲਾਉਣ, ਕਿਉਂਕਿ ਛੋਟੇ ਬੱਚੇ ਮੈਂ ਰਸਤੇ 'ਚ ਵੀ ਆਉਂਦੇ ਹੋ ਦੇਖਿਆ ਕਿ ਛੋਟੇ ਛੋਟੇ ਬੱਚੇ ਰਿਕਸ਼ਾ ਚਲਾ ਰਹੇ ਨੇ, ਉਹਨਾਂ ਨੂੰ ਜ਼ਿੰਮੇਦਾਰੀ ਨਹੀਂ, ਉਹਨਾਂ ਦੇ ਖਿਲਾਫ ਹੈ ਜੀ। ਦੇਖੋ ਜੀ, ਟ੍ਰੈਫਿਕ ਰੂਲ ਕੋਈ ਵੀ ਤੁਰੇ ਬਾਬਾ, ਮੈਂ ਹੋਵਾਂ ਕੋਈ ਵੀ ਹੋਵੇ ਉਹਦੇ ਮੈਂ ਵੀ ਖਿਲਾਫ ਹਾਂ, ਪਰ
ਟ੍ਰੈਫਿਕ ਰੂਲ ਦੇ ਆਰ ਵਿੱਚ ਸਾਡੇ ਨਾਲ ਧੱਕਾ ਨਾ ਹੋਵੇ, ਅਸੀਂ ਰੂਲ ਫਲੋ ਕਰਨ ਨੂੰ ਤਿਆਰ ਹੈ ਜੀ। ਸਾਹਿਬ ਤੁਹਾਨੂੰ ਇੱਕ ਗੱਲ ਕਰਦਾ, ਧੱਕਾ ਤੁਸੀਂ ਵੀ ਕਰਦੇ ਹੋ, ਮੈਂ ਸਾਫ਼ ਪੂਰੀ ਗੱਲ ਇਸ ਕਰਕੇ ਕਹਿੰਦਾ, ਰਸਤੇ 'ਚ ਮੈਂ ਸਿਰਫ 14-14 ਸਾਲ ਦੇ ਬੱਚੇ ਦੋ ਦੇਖੇ, ਮੈਂ ਵੀਡੀਓ ਇਸ ਕਰਕੇ ਨਹੀਂ ਬਣਾਈ, 14-14 ਸਾਲ ਦੇ ਬੱਚੇ ਈ ਰਕਸ਼ਾ ਚਲਾ ਰਹੇ ਨੇ, ਕਿ ਉਹਨਾਂ ਨੂੰ ਚਲਾਉਣ ਦੀ ਇਜਾਜ਼ਤ ਹੈਗੀ ਆ? ਤੁਹਾਡੇ ਮੀਡੀਆ ਰਾਹੀਂ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਉਸ ਪਰਿਵਾਰ ਨੂੰ, ਜਿੰਨੇ ਵੀ ਇਹ ਰਿਕਸ਼ਾ ਚਾਲਕ ਆ, ਉਹ ਆਪਣੇ ਬੱਚੇ ਨੂੰ ਗੱਡੀ ਨਾ ਦੇਵੇ, ਰੋਡ 'ਤੇ ਲੈ ਕੇ ਆਉਣ। ਜੇ ਦੇਣਗੇ ਤਾਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਾਂਗਾ, ਗੱਡੀ ਸਮੇਂ ਤੋਂ ਉਹਨੂੰ ਬੌਂਡ ਕਰੋ, ਅਸੀਂ ਉਹਨੇ ਦੇ ਮਗਰ ਨਹੀਂ ਆਵਾਂਗਾ, ਗਲਤ ਬੰਦੇ ਦੇ ਮਗਰ ਨਹੀਂ ਆਵਾਂਗਾ। ਬਿਲਕੁਲ, ਇਹ ਸਾਡੇ ਨਾਲ ਆਟੋ ਈ ਰਿਕਸ਼ਾ ਆਟੋ ਜਿੰਨੇ ਵੀ ਹੈਗੇ ਪ੍ਰਧਾਨ ਸਾਡੇ ਨਾਲ ਮੌਜੂਦ ਸੀਗੇ, ਲੇਕਿਨ ਸਾਡੇ ਨਾਲ ਡਰਾਈਵਰ ਵੀ ਮੌਜੂਦ ਹੈਗੇ ਨੇ, ਜਿਨ੍ਹਾਂ ਦੀ ਇੱਕੋ ਮੰਗ ਹੈ ਕਿ ਸਾਡੇ ਨਾਲ ਲੁੱਟ ਬਜ਼ਾਰੀ ਬੰਦ ਕੀਤੀ ਜਾਵੇ। ਅਸੀਂ ਪੁਲਿਸ ਦੇ ਨਾਲ ਹਾਂ, ਅਸੀਂ ਪ੍ਰਸ਼ਾਸਨ ਦੇ ਨਾਲ ਹਾਂ, ਲੇਕਿਨ ਇਹਦੇ ਇੱਕ ਵੱਡਾ ਸਵਾਲ ਆ ਖੜਾ ਹੋ ਜਾਂਦਾ ਕਿ ਇਹਨਾਂ ਦੀ ਸਰਕਾਰੀ ਨੰਬਰ ਪਲੇਟ ਕਾਰਪੋਰੇਸ਼ਨ ਵਰਗੀਆਂ ਨਹੀਂ ਲੱਗ ਸਕਦੀਆਂ, ਕਿ ਇਹਨਾਂ ਨੂੰ ਉਹ ਸਹੂਲਤਾਂ ਨਹੀਂ ਦਿੱਤੀਆਂ ਜਾ ਸਕਦੀਆਂ? ਅਗਰ ਨਹੀਂ ਦਿੱਤੀਆਂ ਜਾ ਸਕਦੀਆਂ ਤਾਂ ਇਹਨਾਂ ਦਾ ਕੋਈ ਕੈਂਪ ਔਰਗਨਾਈਜ਼ ਕੀਤਾ ਜਾਵੇ ਜਿੱਥੇ ਆਪਣੇ ਡਰਾਈਵਿੰਗ ਲਾਇਸੈਂਸ ਬਣਾ ਸਕਣ, ਕਿਉਂਕਿ ਵੱਡਾ ਇੱਕ ਰਕਸ਼ੇ ਚਲਾਉਣ ਵਾਲਾ 500 ਰੁਪਇਆ ਕਮਾ ਲੈਂਦਾ ਹੋਊਗਾ ਦਿਨ ਦਾ, ਅਤੇ 500 ਰੁਪਏ ਦੇ ਵਿੱਚ ਗੁਜ਼ਾਰਾ ਕਿੱਥੋਂ ਹੋਊਗਾ? ਇੱਕ ਘਰ ਦੇ ਵਿੱਚ ਅਸੀਂ ਮਿਸਤਰੀ ਲਾਉਂਦੇ ਹਾਂ, ਉਹ ਵੀ 800 ਰੁਪਏ ਲੇਬਰ ਲੈਂਦਾ ਅੱਜ ਕੱਲ੍ਹ, ਕਿ ਮਜ਼ਦੂਰ 600 ਰੁਪਏ ਲੈਂਦਾ, ਅਤੇ 500 ਰੁਪਏ ਦਿਹਾੜੀ ਕਮਾਉਂਦੇ ਹੋਣਗੇ, ਵੱਧ ਤੋਂ ਵੱਧ 1000 ਰੁਪਇਆ ਕਮਾ ਲੈਂਦੇ ਹੋਣਗੇ, ਅਤੇ ਪਰਿਵਾਰ ਦੇ ਜੀਅ ਕਿੰਨੇ ਹੁੰਦੇ ਹੋਣਗੇ। ਲੇਕਿਨ ਇਹਦਾ ਨਾ ਵੀ ਕੋਈ ਹੱਲ ਕੀਤਾ ਜਾਵੇ, ਤਾਂ ਕਿ ਇਹ ਵੀ ਇਹ ਸੋਚਣ ਕਿ ਪ੍ਰਸ਼ਾਸਨ ਸਾਡੇ ਨਾਲ ਹੈ। ਲੁਧਿਆਣਾ ਤੋਂ ਕੈਮਰਾਮੈਨ ਸੰਜੇ ਸੇਤੀਆ ਨਾਲ, ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।